देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। पंज दरियावां दी धरती पंजा मैं जो गया सां उधरों 15 बंदे मैनू बार्डर बाघा से छड़न आए। बड़ा मेल सीगा, कोई बड़ कटैया नहीं सी उस टाइम। ये बाद च कम किया गया। बाबा डेरा नंग एक 2-2.5 घंटे ठहरे हैं। 250-300 बंदा सी साढ़े नाल। जिहड़े औजार रखे फिर सेफ्टी लिए रखे कि रस्ते च कोई ना मारन वाले ने। ਜਦੋਂ ਵੰਡਿਆ ਗਿਆ ਤਾਂ ਵੱਡੀਆਂ ਮੁਸੀਬਤਾਂ ਪਈਆਂ। 15 ਅਗਸਤ 1947 ਅੰਗਰੇਜ਼ ਭਾਰਤ ਨੂੰ ਆਜ਼ਾਦ ਤਾਂ ਕਰ ਗਏ ਪਰ ਦੋ ਹਿੱਸਿਆਂ ਦੇ ਵਿੱਚ ਭਾਰਤ ਦੇ ਟੁਕੜੇ ਕਰ ਦਿੱਤੇ ਗਏ। ਇੱਕ ਹਿੱਸਾ ਪਾਕਿਸਤਾਨ ਅਤੇ ਦੂਸਰਾ ਹਿੱਸਾ ਭਾਰਤ ਬਣਿਆ। ਬਹੁਤ ਸਾਰੇ ਬਾਬਿਆਂ ਦੇ ਨਾਲ ਜਦੋਂ ਗੱਲਬਾਤ ਕਰਦੇ ਹਾਂ ਤਾਂ ਬਹੁਤ ਯਾਦਾਂ ਉਹਨਾਂ ਦੀਆਂ ਜੁੜੀਆਂ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਵਸਦਾ ਹੈ ਉਸ ਦੇ ਨਾਲ। ਬਹੁਤ ਬੋਢਾਂ ਦੀਆਂ ਗੱਲਾਂ ਕਰਦੇ ਨੇ, ਬਹੁਤ ਸੱਥਾਂ ਦੀਆਂ ਗੱਲਾਂ ਕਰਦੇ ਨੇ, ਬਹੁਤ ਡੂੰਘੀਆਂ ਸੋਚ ਦੀਆਂ ਗੱਲਾਂ ਕਰਦੇ ਨੇ ਜਿਹੜੀਆਂ ਅੱਜ ਯਾਦਾਂ ਦੇ ਵਿੱਚ ਰਹਿ ਗਈਆਂ। ਅੱਜ ਸਾਡੇ ਬਾਬੇ ਬੇਸ਼ੱਕ ਭਾਰਤ ਦੇ ਵਿੱਚ ਆ ਗਏ ਪਰ ਜਿਹੜੇ ਪਾਰੋਂ ਆਏ ਸੀਗੇ ਉਹ ਬਾਬੇ ਜ਼ਰੂਰ ਯਾਦ ਕਰਦੇ ਨੇ। ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਹੈ ਉੱਥੇ ਕਿਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਸੀ, ਕਿਸ ਤਰ੍ਹਾਂ ਬੋਰਡਾਂ ਦੀ ਛਾਵੇਂ ਬਹਿ ਕੇ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਸੀਗੀਆਂ, ਉਹ ਸਾਰਾ ਕੁਛ ਯਾਦਾਂ ਦੇ ਨਾਲ ਜੁੜਿਆ ਹੋਇਆ। ਅੱਜ ਇਸ ਗੱਲਬਾਤ ਦੇ ਵਿੱਚ ਇੱਕ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣਾ ਹੈ ਜਿਹੜਾ ਜਦੋਂ ਬਟਵਾਰਾ ਹੋਇਆ ਤਾਂ 13 ਸਾਲ ਦੀ ਉਮਰ ਦੇ ਵਿੱਚ ਪਾਕਿਸਤਾਨ ਤੋਂ ਭਾਰਤ ਆ ਗਿਆ। ਭਾਰਤ ਆ ਕੇ ਕਿਸ ਤਰ੍ਹਾਂ ਜੀਵਨ ਬਤੀਤ ਕਰ ਰਿਹਾ, ਕੀ ਉਹਦੇ ਪਰਿਵਾਰਿਕ ਹਿਸਟਰੀ ਹੈ, ਗੱਲਬਾਤ ਕਰਦੇ ਹਾਂ। ਅੰਕਲ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕੀ ਨਾਮ ਅੰਕਲ ਜੀ? ਮੇਰਾ ਨਾਮ ਜੀਤ ਲਾਲ ਜੱਗੀ। ਜੱਗੀ, ਅਜੀਤ ਲਾਲ ਪੂਰਾ ਨਾਮ ਹੈ? ਨਾ, ਜੀਤ ਲਾਲ ਜੱਗੀ ਲਾਲ ਪੈਂਦਾ। ਜੀਤ ਲਾਲ ਜੱਗੀ, ਕਿਹਨੇ ਰੱਖਿਆ ਸੀ ਨਾਮ? ਸਾਡੇ ਮਾਂ ਬਾਪ ਨੇ ਰੱਖਿਆ ਸੀ, ਪਾਕਿਸਤਾਨ। ਅਤੇ ਮਾਂ ਬਾਪ ਜਿਹੜੇ ਸੀ ਪਾਕਿਸਤਾਨ 'ਚ ਰਹਿੰਦੇ ਸੀ? ਹਾਂਜੀ, ਸੋਹਣ ਲਾਲ, ਦੁਆਨ ਚੰਦ ਬਾਬਾ, ਮੂਲ ਚੰਦ ਦਾਦਾ, ਖਜਾਨ ਚੰਦ, ਅਤੇ ਬਾਕੀ ਮਾਤਾ ਤੇਜ ਕੌਰ, ਜੀਤੋ ਰਾਣੀ ਲੜਕੀ, ਇਹਨਾਂ ਭੈਣ ਅਤੇ ਦਰਸ਼ਨਾਰੀ ਭੈਣ, ਸਾਰੇ ਪਾਕਿਸਤਾਨ 'ਚ। ਦਰਸ਼ਨ ਲਾਲ ਆਪਣਾ ਛੋਟਾ ਬ੍ਰਦਰ, ਇਹ ਵੀ ਚਲਾਉਣਾ ਕਰ ਗਏ ਇੱਥੇ 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 ਭਾਰਤ ਦੇ ਵਿੱਚ ਚਲਾਉਣਾ ਕਰਕੇ ਗਏ। ਪਾਕਿਸਤਾਨ ਦੀ ਗੱਲਾਂ ਬਾਤਾਂ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਜਦੋਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਪਾਰੋਂ ਆਏ ਆ, ਪਾਰੋਂ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਸ਼ਾਇਦ ਮੇਰੀ ਭਾਸ਼ਾ ਨਾ ਸਮਝਣ ਕਿ ਪਾਰੋਂ ਕੀ ਹੁੰਦਾ। ਪਾਰੋਂ ਪਾਕਿਸਤਾਨ ਨੂੰ ਕਿਹਾ ਜਾਂਦਾ ਸੀ ਜਿਹੜੇ ਪਾਕਿਸਤਾਨ ਨੂੰ ਉੱਠ ਕੇ ਇੱਧਰ ਆ ਗਏ। ਜਦੋਂ ਪਾਰੋਂ ਆਏ ਸੀ ਅਤੇ ਭਾਰਤ ਤਾਂ ਵੰਡਿਆ ਗਿਆ 15 ਅਗਸਤ 1947, ਅਤੇ ਕਿੰਨੀ ਉਮਰ ਸੀ ਉਦੋਂ ਤੁਹਾਡੀ? ਮੇਰੀ ਉਮਰ 13 ਸਾਲ ਦੀ ਸੀ ਇਸ ਟਾਈਮ, ਉਮਰ 87 ਸਾਲ ਦੀ। 13 ਸਾਲ ਦੀ ਉਦੋਂ ਉਮਰ ਸੀ ਅਤੇ ਮਾਤਾ ਪਿਤਾ ਨਾਲ ਸੀ ਜਦੋਂ ਬਟਵਾਰਾ ਹੋਇਆ? ਇਕੱਠੇ 8-9 ਜੀ ਆਪਣਾ ਇਕੱਠੇ ਆ ਰਹੇ, ਔਰ ਵੱਢ ਕਟਈਆ ਹੋ ਰਿਹਾ ਸੀਗਾ। 2 ਗੱਡੀਆਂ ਨਾਰੋਵਾਲ ਤੋਂ ਛੱਤਾਂ ਭਰੀਆਂ ਸੀ, ਉਹ ਮਾਰੇ ਗਏ, ਅਸੀਂ ਖਾਲੀ ਆ ਰਹੇ ਸੀਗੇ। ਅਤੇ ਉੱਥੇ ਪਾਕਿਸਤਾਨ ਦੇ ਵਿੱਚ ਕਿਹੜੀ ਜਗ੍ਹਾ ਰਹਿੰਦੀ? ਪਿੰਡ ਜ਼ਿਲ੍ਹਾ ਗੁਜਰਾਂਵਾਲਾ, ਲਾਹੌਰ ਤੋਂ 65 ਕਿਲੋਮੀਟਰ। ਗੁਜਰਾਂਵਾਲਾ, ਜ਼ਿਲ੍ਹਾ ਗੁਜਰਾਂਵਾਲਾ, ਲਾਹੌਰ ਤੋਂ 65 ਕਿਲੋਮੀਟਰ ਅੱਗੇ ਨੰਦੀਪੁਰ ਨਹਿਰ ਲੰਘ ਕੇ ਬੱਲੇ ਵਾਲਾ ਪਿੰਡ। ਅੱਜ ਵੀ ਯਾਦ ਹੈ? ਹਾਂਜੀ, ਮੈਂ ਹੋ ਕੇ ਆਇਆ ਪਾਕਿਸਤਾਨ, 6 ਸਾਲ ਹੋ ਗਏ ਮਿਲ ਕੇ ਆਇਆ। ਅਤੇ ਸਾਥੀ ਕਈ ਉੱਧਰ ਰਹਿ ਗਏ ਹੁਣ? ਹਾਂਜੀ, ਮਿਲੇ ਜੀ ਸਾਨੂੰ, ਮਿਲੇ ਜੀ। ਲੋਕਾਂ 'ਚ ਤਾਂ ਪਿਆਰ ਬਹੁਤ ਹੈ, ਬੇਸ਼ੱਕ ਸਿਆਸਤ ਨੇ ਸਾਡੇ ਲੋਕਾਂ ਦੇ ਵਿੱਚ ਵੀ ਜ਼ਹਿਰ ਭਰਨ ਦਾ ਕੰਮ ਕੀਤਾ, ਪਰ ਆਪਸ 'ਚ ਪਿਆਰ ਹਜੇ ਵੀ ਪਾਕਿਸਤਾਨ ਵਾਲੇ ਪਾਸੇ ਵੀ ਬਹੁਤ ਹੈ ਅਤੇ ਭਾਰਤ ਵਾਲੇ ਪਾਸੇ ਵੀ ਆਪਸ 'ਚ ਬਹੁਤ। ਦੇਖੋ ਜੀ, ਮੈਂ ਜਦੋਂ ਗਿਆ ਸਾਂ ਉਧਰੋਂ 15 ਬੰਦੇ ਮੈਨੂੰ ਬਾਰਡਰ ਬਾਘਾ 'ਤੇ ਛੱਡਣ ਆਏ ਕਾਰਾਂ 'ਚ।
मैं डेढ़ महीना रह गया। अफसर कहते थे दो दिन पहला आ जाओ, छे साल हो गए मैं गया। यह घड़ी कई तीन जोड़े सलवारों से लेके आया है उन्होंने उन्होंने ना लिखे। पाकिस्तान की कोई याद जी है तुसी सानू सांझी करनी चाहोगे कि समा सी किदां दा मिलवर्तन सीगा फिर जदों 15 अगस्त 1947 नू देश वंडिया गया उदों किस तरह के लोगों का हाव भाव सी? उस टाइम जिहड़े उधर दे मुसलमान सी बड़ा प्यार सी, ब्याह शादियां जांदे रहे, बड़ा मेल सीगा, कोई वड कटैया नहीं सी उस टाइम। ये बाद च कम किया गया मार मर गया। जदों उत्थों 13 साल की तुसी उम्र दस्सिया जदों वंड होई तां 13 साल की उम्र सी, परिवार माता पिता होर जिहड़े साथी नाल ही सीगे तुहाडे? हाँ जी, असीं ये काफिला लग्या सीगा, काफिले विच आ रहे रिफूजी कंप लगे, पुजे दाने मिलते छोलियां दे, बाबा डेरा नंग एक 2-2.5 घंटे ठहरे हैं, 250-300 बंदा सी साढ़े नाल उस टाइम। तो इधर कहते भी बढ़ ना लगे, ये रस्ता छड़ के दूजे पासे हो गया, तो फिर दूसरे पासे अभी एन आ गए पंजाब जलंधर। तुहाडे साथी कोई जिन्ना जिहड़े उस दौर दे विच जिहड़ा साथ छड्ड गए कोई इदां दा याद है तुहानूं? हाँ जी, साढ़े सीगे जी अपना मासी के लड़के मिंदर करनाल रेंगे जोगराज पानी मंडी गोबिंदगढ़ रेंगे, बाकी रेंगे लुधियाने। नाल आ रहे? हाँ जी, सब नाल ही आ रहे। ये मतलब उधर चले गए, इतने रह के जलंधर, कोई पानीपत चले गए, कोई रंबे पिंड चले गया, कोई नीलोखेड़ी चले गया। हाँ जी, इदा उधर की काम कर रहे? अपना ये जद्दी काम चलता आ रहा, बजुर्ग घर से आ रहे। हाँ, उधर रखिया सी बजुर्गों ने सेफी का काम। हाँ जी, मझा रखी सी, दाना पक्का सब मिल जाते राशन। समा वो वधिया ही कि अज का समा वधिया? देखो जी, हुण तो आई दा इत्थे, पहले से बहुत वधिया सी। मतलब आटा 1 रुपए का चक्या नहीं जाता, घ्यो देसी 1 रुपए का 2 सेर प्योर, कच्चा मन 1 रुपए का गुड़, 5 सेर खंड 1 रुपए की। विआह शादी बेच होना तो सब ने साथ देना, चार चार दिन बरात रही थी जी, और दूसरे ने कहना भी साढ़ा जवाई असी भी रखने चार दिन। ये चीज़ सी बड़ा प्यार, प्यार मोहब्बत बहुत सी। ये बाद होगा ना काम उल्ट पुलट। ब्याह फिर इधर आगे हुआ तो? हाँ जी, मेरा ब्याह कपूरथले हुआ। हूँ इधर कौन कौन परिवार रह रहे? इतने तो जी हम ऐसे कले लड़कियाँ अपने अपने घर ने, आप कले रह रहे। जीवन साथन साथ छड़ गए? हाँ जी, साथ छड़ गए, बहुत सोहने से। क्यों ब्याह से आमदन दोनों ने मिले ही जोड़े ने। हाँ जी, महाराज चरण सिंह जी को कितनी देर हो गई है उन्होंने काल चला रहे? कोई हो चले 9-9.5 महीने हो गए। तो हम रोटी पानी का फिर आप पकाने? हाँ, रोटी मैं अपने कले बना जी। हाँ, किन्ने बजे आ जाते काम से? मैं 7:30-7:45 आ जा, मैं उठ पैना 4 बजे अपना घड़ी बैठ के पाठ पुठ करके फिर आना शुरू कर दिया। बेटियाँ कि जगह में? बेटी एक ब्याई जी पिंड मौली फुगवाड़े के नाल, एक लुधियाने खास शहर दुख पान गुरुद्वारे के नाल, उत्थे कूचे चलते जी लुधियाने। हाँ जी, एक हैगी शेखपुरे कपूरथले नाल शेखपुरा, गलबात हो जाती फोन। हाँ हाँ जी, मंगलवार आना है, इस मंगलवार लड़की ने। कोई याद भी सामभी हुई है उस वेले की जी? हाँ, मेरे को एक कुआड़ी, उन्होंने 150 साल हो चले है, दवान चंद ने लई सी लवार मुसलमान के कोलों, वो अजे तक मैं निशानी रखी है घर। अच्छा, घर पे? हाँ जी, कुआड़ी। अच्छा, एक आँधी से मैं कश्मीर रहा 1.5 साल, किरच हैगी उपर कबर मच्छी की शक्ल से बने खरोट का। जी जे औजार रखे फिर सेफ्टी लिए रखे कि रस्ते से कोई ना मारन वाले ने? ना ना, शौक न रखे? ना ना, यह काम नहीं करी। नहीं नहीं, मैं जदों जदों देश आजाद होया तो बहुत सारे लोगों के मन डर भी सी ना कि रस्ते दे विच कोई अबरी नबी हो सकती है, तो करके बहुत सारे लोगों ने इदा दीज़ा अपने को रखी। देखो जी, बहुत घट से बहुत चंद बंदे जेडे ये चीज़ असं लियाए हैं, और इनू चले 150 साल कमानी की बनी है कुआड़ी, अजे तक रखी है, तो देन जो 1 रुपया भी नहीं बटे जाने, ये निशानी रखी जी बड़ी। एक आया से कहता मेरे को 1,000 रुपया दे दो ले लो, तो मैं दे दो, मैं कह नहीं ये बेचने वाली नहीं है, मरते मर जावे ये चीज़ बेचनी नहीं। याद सामभ के रखा? हाँ याद, बाकी मेरे को सिक्के बड़े ने पुराने, जेब च भी है, घर भी रखे है जी। हाँ जी, वह समय याद करते हो कि किस तरह उधर प्यार सीगा है ना, किस तरह बरातं कट्ठिया जिदा तुम दसिया कि 4-4 दिन बरातं रहनी? वो इतने नहीं जे प्यार हो, वो प्यार वो सी बड़ा प्यार
लकड़ बालन दो फ्री तकर आ जाना, हाँ जी कपड़ा तकर भी आ जाना। ਖੁਸ਼ੀਆਂ ਦੇ ਵਿੱਚ ਸਾਂਝੇ ਸੀ ਲੋਕ, ਦੁੱਖ ਦਾ ਦਰਦ ਦੇ ਵਿੱਚ ਵੀ ਇੱਕ ਦੂਜੇ ਦਾ ਹਮਸਫ਼ਰ ਬਣਦੇ ਸੀ, ਸਾਂਝੇ ਸੀ। ਮੁਸਲਮਾਨ ਜਿਹੜੇ ਉੱਥੇ ਰਹਿੰਦੇ ਪਰਮਾਨੈਂਟ ਇਕੱਠੇ ਰਹਿਣਾ, ਆਉਣਾ ਜਾਣਾ ਪਿਆਰ ਹੋਣਾ, ਬੜੇ ਮਿਲਣਾ, ਪੁੱਛਣਾ ਵੀ ਕਿੱਥੇ ਗਿਆ ਸੀ, ਬਹੁਤ ਅੱਛਾ ਹੋ ਗਿਆ ਜੀ ਜਿਹੜੇ ਸਾਨੂੰ ਵੀ ਮਿਲ ਚਲੇ। ਹਾਂਜੀ ਚਲੋ, ਆਸ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੱਸਦੇ ਰਹੋਗੇ, ਖੁਸ਼ ਰਹੋਗੇ ਔਰ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦੇ ਰਹੋਗੇ। ਕੁਛ ਦਿਖਾਉਣਾ ਚਾਹੁੰਦੇ ਤੁਸੀਂ ਸਾਨੂੰ? ਮੈਂ ਹਾਂਜੀ ਹਾਂਜੀ, ਇਹ ਨੋਟ ਪੁਰਾਣਾ ਮੇਰੇ ਕੋਲ 5 ਦਾ ਹੈ। ਅੱਛਾ, ਇੱਕ ਕਦੋਂ ਦਾ ਨੋਟ ਹੈ ਇਹ? ਨੋਟ 6/8 ਨਾ ਬੰਗਲਾਦੇਸ਼ ਦਾ 10 ਦਾ। ਅੱਛਾ, ਇਹ 5 ਦਾ ਨੋਟ ਹੈ, ਬੜਾ ਪੁਰਾਣਾ, ਬਹੁਤ ਚੱਲਦਾ ਰਿਹਾ ਹੈ। ਇਹ ਵੀ ਰੁਪਈਆ ਪੁਰਾਣਾ ਲੈਣਾ ਇਹ ਵੀ? ਹਾਂ, ਆਹ ਦੇਖੋ ਜੀ, ਇਹ 5 ਦਾ ਨੋਟ ਹੈ। ਅੱਛਾ, ਇਹ 2-2 ਦੇ ਨੋਟ ਵੀ ਰੱਖੇ ਨੇ ਆਪਾਂ, ਆਹ 2-2 ਦੇ ਨੋਟ ਵੀ ਰੱਖੇ ਨੇ। ਅਮਰਨਾਥ ਯਾਤਰਾ ਵੀ ਹੋ ਆਏ ਆਪਾਂ, ਉਹ ਵੀ ਹੈਗਾ। ਦੇਖੋ ਜੀ, ਇਹ ਅਮਰਨਾਥ ਯਾਤਰਾ ਦਾ ਸਿੱਕਾ, ਸ਼ਿਵ ਜੀ ਰਾਗ ਦਾ ਆਇਆ। ਮੈਂ 1.5 ਸਾਲ ਰਾਗ ਰਿਹਾ, 1.5 ਸਾਲ ਕਸ਼ਮੀਰ ਰਿਹਾ, 15 ਦੇ ਹਜ਼ੂਰ ਸਾਹਿਬ ਰਹੇ ਹਾਂ, ਹਰ ਸਾਲ ਮਾਤਾ ਜੀ ਬਣਦੇ ਨੇ। ਆਹ ਦੇਖੋ ਜੀ, ਉੱਥੇ ਖਜੂਰ ਬਹੁਤ ਹੈ ਰਾਗ ਦੇ ਵਿੱਚ। ਇਹ ਹੈਗੇ 25 ਫਿਰਸ, ਇਹਦਾ ਮਿੱਟੀ ਦਾ ਲੀਟਰ ਤੇਲ ਆ ਜਾਂਦਾ ਹੈ। ਆ 4 ਹੁਣ ਤਾਂ ਪੈਟਰੋਲ ਆ ਜਾਂਦਾ, ਡੀਜ਼ਲ ਆ ਜਾਂਦਾ, 6 ਹੁਣ ਤਾਂ ਪੈਟਰੋਲ ਆ ਜਾਂਦਾ ਸੀ। ਉੱਥੇ ਆਰਾਮ 1982 ਵਿੱਚ ਮੈਂ ਆਰਾਮ ਗਿਆ ਸੀ, ਇੱਥੇ ਅਜੀਤ ਸਿੰਘ ਫੋਰਮੈਨ ਸੀ, 4,000 ਰੁਪਈਆ ਉਦੋਂ ਦਿੱਤਾ ਸੀ। ਹੁਣ ਤਾਂ ਪੈਸੇ ਕੋਲ ਜਿੰਨੇ ਮਰਜ਼ੀ ਹੋਣ ਤਾਂ ਆਉਂਦਾ ਕੱਖ ਨਹੀਂ ਹੈ ਗੱਲ ਸਹੀ। ਇਹ ਤਾਂਬੇ ਦੇ ਪੈਸੇ ਚੱਲਦੇ ਰਹੇ ਨੇ, ਮੋਰੀ ਵਾਲੇ ਡਬਲ ਪੈਸੇ ਵੀ। ਹਾਂਜੀ, ਹੁਣ ਤਾਂ ਬਾਪੂ ਜੀ ਪੁੱਛਦੇ ਆ ਕਿ ਤਨਖਾਹ ਕਿੰਨੀ ਲੱਗ ਗਈ ਹੈ, ਕਹਿੰਦਾ ਬੰਦਾ ਕਹਿੰਦਾ 50,000 ਹੈ, ਕਹਿੰਦੇ ਬਚਾਉਂਦਾ ਕਿੰਨਾ ਇਹ ਦੱਸ, 50 ਤਾਂ ਸਾਰੇ ਵਰਤ ਲੈਣਾ ਨੂੰ। ਪੈਸੇ ਜਿਹੜੀ ਤਨਖਾਹ ਮਿਲਦੀ 17-18 ਰੁਪਏ ਉਸ ਟਾਈਮ ਦੇ। ਇਹ ਤਾਂਬੇ ਦਾ ਪੈਸਾ ਉੱਥੇ ਚੱਲਦਾ ਰਿਹਾ, ਇਹ ਆਪਣੇ ਹਿੰਦੁਸਤਾਨ 'ਚ, ਇਹ ਮੋਰੀ ਵਾਲਾ, ਇਹ ਸਿੱਕਾ ਬਾਹਰ, ਇਹ ਘੋੜੇ ਵਾਲਾ ਪੈਸਾ। ਹਾਂਜੀ, ਇਹ ਬਾਹਰ ਦੇ ਸਿੱਕੇ ਵੀ ਹੈਗੇ। ਸਾਡੀ ਉਮਰ ਕਿੰਨੀ ਹੈ? ਬਾਕੀ ਪਿਆਰ ਲੋਕਾਂ ਦੇ ਵਿੱਚ ਤਾਂ ਬਹੁਤ ਹੈ, ਹੈ ਨਾ? ਹਾਂਜੀ, ਪਿਆਰ ਬਹੁਤ ਹੈ, ਆਪਸ ਦੇ ਵਿੱਚ ਬਹੁਤ ਭਾਈਚਾਰਾ। ਹਾਂ ਬਿਲਕੁਲ, ਕੋਈ ਵੰਡ ਨਹੀਂ ਸੀ ਉਸ ਟਾਈਮ। ਚਲੋ ਸ਼ੁਕਰੀਆ ਬਾਪੂ ਜੀ ਗੱਲਬਾਤ ਕਰਨ ਦੇ ਲਈ। ਲਗਾਤਾਰ ਦਰਸ਼ਕੋ, ਅਸੀਂ ਜਿੱਥੇ ਸਿਆਸਤ ਤੌਰ 'ਤੇ, ਸਿਆਸੀ ਤੌਰ 'ਤੇ ਜਾਂ ਜੋ ਘਟਨਾਵਾਂ ਭਾਰਤ ਦੇ ਨਾਲ ਨਾਲ ਹੋਰਨਾਂ ਦੇਸ਼ਾਂ ਦੇ ਵਿੱਚ ਵਾਪਰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਨਾਲ ਦੀ ਨਾਲ ਕੁਝ ਇਸ ਤਰ੍ਹਾਂ ਦੀਆਂ ਯਾਦਾਂ ਆਪਣੇ ਦਿਲਾਂ ਦੇ ਵਿੱਚ ਸਾਂਭੀ ਬੈਠੇ ਜੋ ਲੋਕ ਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੇਸ਼ੱਕ ਭਾਰਤ ਅਤੇ ਪਾਕਿਸਤਾਨ ਦੋ ਵੱਖਰੇ ਵੱਖਰੇ ਦੇਸ਼ ਨੇ, ਬੇਸ਼ੱਕ ਸਾਡੇ ਸਿਆਸੀ ਲੋਕ ਇਹ ਕਹਿੰਦੇ ਨੇ ਕਿ ਜਿਹੜਾ ਪਾਕਿਸਤਾਨ ਹੈ ਉਹ ਸਾਡਾ ਦੁਸ਼ਮਣ ਹੈ, ਪਰ ਜੋ ਦਿਲਾਂ ਦੇ ਅੰਦਰ ਜੋ ਪਿਆਰ ਸਜੋਈ ਬੈਠੇ ਨੇ, ਉਹ ਜੋ ਬਜ਼ੁਰਗ ਨੇ ਉਹਨਾਂ ਦੇ ਦਿਲਾਂ ਕੋਲ ਪੁੱਛ ਕੇ ਦੇਖੋਗੇ ਕਿ ਉਹ ਲੋਕ ਸਾਡੇ ਦੁਸ਼ਮਣ ਨੇ ਜਾਂ ਸਾਡੇ ਆਪਣੇ ਨੇ ਜਾਂ ਸਾਡੇ ਆਪਣੇ ਭਾਈਵਾਲ। ਉਹਨਾਂ ਦੀਆਂ ਦਿਲਾਂ ਦੀਆਂ ਗੱਲਾਂ ਤੁਹਾਡੇ ਨਾਲ ਅਸੀਂ ਰੂਬਰੂ ਕਰਦੇ ਰਹਾਂਗੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਾਂਗੇ। ਪਰ ਅੱਜ ਸੋਚਣ ਦੀ ਸਾਨੂੰ ਲੋੜ ਹੈ ਕਿ ਕਿਉਂ ਸਿਆਸਤਦਾਨ ਸਾਨੂੰ ਇੱਕ ਦੂਸਰੇ ਦਾ ਦੁਸ਼ਮਣ ਬਣਾ ਰਹੇ, ਦਿਲਾਂ ਦੇ ਵਿੱਚ ਇੰਨੀਆਂ ਸਾਂਝਾਂ ਹੋਣ ਦੇ ਬਾਵਜੂਦ ਕਿਉਂ ਕੁੜੱਤਨ ਜਿਹੜੇ ਸਿਆਸੀ ਲੋਕ ਨੇ ਸਾਡੇ ਭਰਦੇ ਜਾ ਰਹੇ ਨੇ, ਇਹ ਸਾਨੂੰ ਸੋਚਣ ਦੀ ਲੋੜ ਹੈ। ਜੇਕਰ ਅਸੀਂ ਸੋਚਾਂਗੇ ਸ਼ਾਇਦ ਸਾਡੇ ਸਿਆਸਤਦਾਨ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਕੋਈ ਨਾ ਕੋਈ ਹਮਲਾ ਕਰਵਾ ਕੇ ਉੱਧਰ ਬਟਵਾਰੇ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ, ਪਾਕਿਸਤਾਨ ਹਮਾਰਾ ਦੁਸ਼ਮਣ ਹੈ, ਇਹੋ ਜਿਹੀਆਂ ਗੱਲਾਂ ਸ਼ੁਰੂ ਕਰਦੇ ਨੇ। ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਜੇਕਰ ਆਪਸ ਦੇ ਵਿੱਚ ਸਾਡਾ ਇੰਨਾ ਪਿਆਰ ਹੈ ਤਾਂ ਸਿਆਸਤਦਾਨ ਕਿਉਂ ਕਾਮਯਾਬ ਹੋ ਰਹੇ ਨੇ ਸਾਨੂੰ ਤੋੜਨ ਦੇ ਵਿੱਚ। ਉਮੀਦ ਹੈ ਤੁਹਾਨੂੰ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਇਸੇ ਆਸ ਨਾਲ ਦੁਬਾਰਾ ਫਿਰ ਮੁਲਾਕਾਤ ਕਰਾਂਗੇ, ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਕੈਮਰਾ ਪਰਸਨ ਗੁਲਸ਼ਨ ਦੇ ਨਾਲ ਮੈਂ ਅਮਰਚੰਦ, ਦੈਨਿਕ ਸਵੇਰਾ TV ਜਲੰਧਰ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648।